16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ 1920 ਵਾਲੀ ਮੁੜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਦਾ ਗਠਨ ਕਰਨ ਵਾਲੇ ਨਵ ਨਿਯੁਕਤ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ, ਜਿਸ ਤੇ ਬੋਲਦਿਆਂ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਫਤਿਹ ਗਰੁੱਪ ਦੇ ਪ੍ਰਧਾਨ ਇਕਬਾਲ ਸਿੰਘ ਸੰਧੂ ਨੇ ਆਖਿਆ ਕਿ ਬ੍ਰਹਮਪੁਰਾ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਮਾਨ ਸਨਮਾਨ ਬਖਸ਼ਿਆ, ਸ਼ਾਇਦ ਇਹਨਾਂ ਨੂੰ ਰਾਸ ਨਹੀਂ ਆਇਆ। ਅਤੇ ਉਹਨਾਂ ਆਖਿਆ ਕਿ ਇਹਨਾਂ ਨੇ ਸ਼ੁਰੂ ਤੋਂ ਹੀ ਪਾਰਟੀ ਵਿੱਚ ਰਹਿ ਕੇ ਪਾਰਟੀ ਨੂੰ ਘੁਣ ਵਾਂਗ ਖਾਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਇਹਨਾਂ ਨੇ ਆਪਣੀ ਹੀ ਬਣਾਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣ ਕੇ ਆਪਣਾ ਸੁਪਨਾ ਤਾਂ ਸਾਕਾਰ ਕਰ ਲਿਆ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਅੱਗੇ ਇਹ ਜ਼ਿਆਦਾ ਦਿਨ ਤੱਕ ਨਹੀਂ ਟਿਕ ਸਕੇਗੀ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਬਣਾਉਣ ਲਈ ਯਾਤਰੀਆਂ ਦਾ ਸਹਾਰਾ ਲਿਆ, ਜਿਸ ਵਿੱਚ ਇਹਨਾਂ ਨੇ ਸੰਗਰਾਂਦ ਦੇ ਦਿਹਾੜੇ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਾ ਇਕੱਠ ਦੱਸਿਆ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਮੈਂ ਪ੍ਰੈਸ ਨਾਲ ਗੱਲ ਕੀਤੀ ਸੀ ਕਿ ਜਿਹੜਾ ਬ੍ਰਹਮਪੁਰਾ ਪਰਿਵਾਰ ਆ, ਇਹਨੇ ਹਮੇਸ਼ਾ ਹੀ ਆਪਣੇ ਪਰਿਵਾਰ ਲਈ ਕੰਮ ਕੀਤਾ। ਕਦੇ ਇਹਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੱਥ 'ਚ ਕੋਈ ਕੰਮ ਨਹੀਂ ਕੀਤਾ ਅਤੇ ਨਾ ਇਹਨੇ ਕੋਈ ਇਲਾਕੇ ਲਈ ਕੰਮ ਕੀਤਾ। ਜਿਹੜਾ ਨਾ ਕੱਲ੍ਹ ਇੱਕ ਜੋ ਕਿ ਇਹਨਾਂ ਦੀ ਹਮੇਸ਼ਾ ਹੀ ਖੂਨ ਦੇ ਵਿੱਚ ਰਚਿਆ ਆ, ਇਹਨਾਂ ਦੇ ਖੂਨ 'ਚ ਇਹ ਰਚਿਆ ਆ ਵੀ ਜੋ ਵੀ ਕੋਈ ਕੰਮ ਕਰਨਾ ਗੁਰੂ ਘਰ ਜਾ ਕੇ ਕਰਨਾ। ਪਹਿਲਾਂ ਇਹਨਾਂ ਨੇ 4 ਨਵੰਬਰ ਨੂੰ ਇਹਨਾਂ ਨੇ ਇੱਕ ਰੈਲੀ ਕੀਤੀ, ਕਹਿੰਦੇ ਬੜੀ ਵੱਡਾ ਜ਼ੋਰ ਲਾਇਆ, ਉਹ ਇਹਨਾਂ ਚੋਹਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਕੀਤੀ। ਉਦੋਂ ਵੀ ਇਹਨਾਂ ਨੇ ਸਾਰੀ ਸੰਗਤ ਨੂੰ ਕਿਹਾ ਵੀ ਲੰਗਰ ਗੁਰੂ ਘਰੋਂ ਛਕੋ, 1 ਰੁਪਈਏ ਦਾ ਇਹਨਾਂ ਪਾਣੀ ਵੀ ਕਿਸੇ ਨੂੰ ਪਿਆ। ਉਸ ਤੋਂ ਬਾਅਦ ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਟਕਸਾਲੀ ਅਕਾਲੀ ਦਲ ਬਣਾਉਣਾ, ਬੜਾ ਵੱਡਾ ਇਕੱਠ ਕਰਾਂਗੇ। ਇਹਨਾਂ ਬੜਾ ਵੱਡਾ ਦਾਅਵਾ ਕੀਤਾ ਵੀ ਅਸੀਂ ਇਹੋ ਜਿਹਾ ਇਕੱਠ ਕਰਾਂਗੇ, ਕਦੀ ਹੋਇਆ ਹੀ ਨਹੀਂ ਹੋਊਗਾ। ਇਹਨਾਂ ਪੂਰੇ 3 ਜ਼ਿਲ੍ਹਿਆਂ ਦਾ ਇਕੱਠ ਕਰ ਲਈ, ਇਹਨਾਂ 14 ਤਰੀਕ ਰੱਖੀ, 14 ਦਸੰਬਰ ਰੱਖਿਆ। ਉਦੋਂ ਇਹਨਾਂ ਨੇ ਹਿਸਾਬ ਤਾਂ ਲਾਇਆ ਵੀ 14 ਦਸੰਬਰ ਨੂੰ ਸਾਡੇ ਕੋਲ ਇਕੱਠ ਨਹੀਂ ਹੋਣਾ। ਫਿਰ ਇਹਨਾਂ ਨੇ ਇਹ ਪਲੈਨਿੰਗ ਕਰਤੀ, ਜੰਤਰੀ ਵੇਖੀ ਕੱਢ ਕੇ, ਉਹ 'ਤੇ ਵੇਖਿਆ ਵੀ ਸੰਗਰਾਂਦ ਅਤੇ ਐਤਵਾਰ ਨੂੰ ਹਰਿਮੰਦਰ ਸਾਹਿਬ ਇਕੱਠ ਬਣਾਉਂਦਾ, ਜੋ ਕਿ ਸੰਗਤ ਬਹੁਤ ਜ਼ਿਆਦਾ ਗੁਰੂ ਦੀ ਰਹਿਮਤ ਹੈ, ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਦੇਸਾਂ ਵਿਦੇਸਾਂ ਤੋਂ ਜਿੰਨਾ ਵੀ ਗੁਰੂ ਨਾਨਕ ਲੇਵਾ ਸੰਗਤ ਆ, ਸ਼੍ਰੀ ਹਰਿਮੰਦਰ ਸਾਹਿਬ ਆ ਕੇ ਉੱਥੇ ਮੱਥਾ ਟੇਕ ਕੇ ਉਹਦੇ ਕੋਲ ਆਪਣੀਆਂ ਮੁਰਾਦਾਂ ਪੂਰੀਆਂ ਕਰਦੇ। ਇਹਨਾਂ ਨੇ ਉਸ ਇਕੱਠ ਦੇ ਵਿੱਚ 300 ਬੰਦਾ 3 ਜ਼ਿਲ੍ਹਿਆਂ 'ਚ ਲਿਆਉਂਦਾ, ਕਿਉਂਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿੱਥੋਂ ਜਦੋਂ ਦਰਸ਼ਨ ਜੋੜੀ ਸੰਗਤ ਵੜਦੀ ਆ, ਉੱਥੇ ਜਿੰਨੇ ਜਾਗਲੇ ਲੱਗੇ ਆ ਉਹਦੇ ਵਿੱਚ 30 ਫੁੱਟ ਸੜਕ ਸਿਰਫ ਰਸਤਾ ਵੱਜਦਾ ਜਿੱਥੇ ਸੰਗਤ ਲੰਘਦੀ ਆ। ਉਸ ਦੇ ਵਿੱਚ ਇਹਨਾਂ ਨੇ ਜਾ ਕੇ ਉਹ ਡਰਾਮਾਬਾਜ਼ੀ ਕੀਤਾ, ਉਹ ਡਰਾਮਾਬਾਜ਼ੀ ਇਹਨਾਂ ਇਹ ਕੀਤਾ, ਉੱਥੇ ਜਾ ਕੇ ਇਹਨਾਂ ਨੇ ਗੁਰੂ ਘਰ ਜਿਹੜੀਆਂ ਆਈਆਂ ਸੰਗਤਾਂ ਉਹਨਾਂ ਦੇ ਹਿਰਦਿਆਂ ਨੂੰ ਉਲੁੰਦਰਿਆ, ਕਿਉਂਕਿ ਗੁਰੂ ਘਰ ਜਿਹੜੀ ਸੰਗਤ ਆਉਂਦੀ ਆ ਉਹ ਰਾਜਨੀਤੀ ਕਰਨੀ ਆਉਂਦੀ, ਉਹ ਆਪਣੇ ਗੁਰੂ ਦੇ ਅੱਗੇ ਸਜਦਾ ਕਰਨ ਪਹੁੰਚਦੇ। ਇਹਨਾਂ ਨੇ ਉਹ ਜਿਹੜਾ ਡਰਾਮਾ ਕੀਤਾ ਬਿਲਕੁਲ ਫਲੋਪ ਸ਼ੋ ਰਿਹਾ। ਜਿਹੜੇ ਸੰਗਤਾਂ ਲਾਈਨ 'ਚ ਲੱਗੀਆਂ, ਤੁਸੀਂ ਕਿਸੇ ਵੇਲੇ ਵੀ ਐਤਵਾਰ ਜਾ ਕੇ ਜਾਂ 14 ਮੱਸਿਆਂ 'ਤੇ ਜਦੋਂ ਮਰਜ਼ੀ ਦੇਖ ਲਿਓ, ਉੱਥੇ ਸੰਗਤ ਕੋਲ ਸਿਰਫ ਮੋਢੇ ਨਾਲ ਮੋਢਾ ਵੱਜਦਾ, ਸੰਗਤ ਲੰਘਦੀ ਹੈ। ਇਹਨਾਂ ਦੇ ਜੇ ਇਹਨਾਂ 'ਚ ਦਮ ਸੀ ਇਕੱਠ, ਜੇ ਇਹਨਾਂ ਮੱਥਾ ਟੇਕ ਕੇ ਬਾਹਰ ਜਾ ਕੇ ਇਕੱਠ ਕਰਦੇ। ਇਹਨਾਂ ਨੇ ਉੱਥੇ ਜਾ ਕੇ ਗੁਰੂ ਘਰ ਜਾ ਕੇ ਸਾਰੀਆਂ ਸੰਗਤਾਂ ਨੂੰ, ਜਿਹੜੇ 200-300 ਬੰਦਾ ਗਿਆ, ਉਹਦੇ ਵਿੱਚ ਚਾਹ ਇਹਨਾਂ ਆਪਣੇ ਕੋਲੋਂ ਨਹੀਂ ਪੇ। ਪਹਿਲਾਂ ਤਾਂ ਇਹਨਾਂ ਨੇ ਇੱਕ ਟੇਬਲ ਅਤੇ ਕੁਰਸੀ ਦਾ ਪ੍ਰਬੰਧ ਨਹੀਂ ਕਰ ਸਕਦੇ, ਇਹ ਆਪਣੀ ਰਾਜਨੀਤੀ ਕਰਨੀ, ਇਹਨੂੰ ਪਾਰਟੀ ਬਣਾਉਣ ਦਾ ਐਡੇ ਦਿਨਾਂ ਤੋਂ ਐਲਾਨ ਕਰ ਰਹੇ ਸੀ। ਅਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਨਫੋਰਮੇਸ਼ਨ ਹਾਲ ਹੈ, ਜਿੱਥੇ ਕਿ ਜਿਹੜੇ ਬਾਹਰ ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਉਹਨਾਂ ਲਈ ਬਣਾਇਆ ਇਨਫੋਰਮੇਸ਼ਨ ਹਾਲ, ਵੀ ਉਹਨਾਂ ਦਾ ਕੋਈ ਮਾਣ ਸਨਮਾਨ ਕਰਨਾ ਹੋਵੇ, ਕੋਈ ਗੱਲ ਕਰਨੀ ਹੈ। ਇਹ ਧੱਕੇ ਨਾਲ ਸ਼ੀਸ਼ੇ ਤੋੜ ਕੇ ਅੰਦਰ ਵੰਡ ਦੀ ਯਤਨ ਕਰਦੇ ਨੇ, ਕਿਉਂਕਿ ਇਹਨਾਂ ਨੂੰ ਪਾਰਾਣੀ ਆਦਤ ਪਈ ਹੈ।
ਬ੍ਰਹਮਪੁਰਾ ਪਰਿਵਾਰ ਨੇ ਅੱਜ ਤੱਕ ਕਦੀ ਵੀ ਕੋਈ ਪ੍ਰੋਗਰਾਮ ਆਪਣੀ ਜੇਬ 'ਚੋਂ ਨਹੀਂ ਕੀਤਾ। ਇਹ ਜੇਬ 'ਚੋਂ ਪੈਸਾ ਨਹੀਂ ਦੇਣਾ, ਮੈਨੂੰ ਤਾਂ ਸਮਝ ਲੱਗੀ ਜਿਹੜਾ ਪੈਸਾ ਜੇ ਤੋਂ ਆਉਂਦਾ ਇਹਨਾਂ ਦੇ ਘਰੇ ਪਤਾ ਨਹੀਂ ਕਿੱਥੇ ਕਿੱਡਾ ਕੁ ਵੱਡਾ, ਇਹਨਾਂ ਨੇ ਕੋਈ ਸਿਸਟਮ ਬਣਾਇਆ ਜਿੱਥੇ ਪੈਸਾ ਵੜੀ ਜਾਂਦਾ, ਬਾਹਰ ਨਹੀਂ ਨਿਕਲਦਾ। ਕਦੀ ਇਹਨਾਂ ਵਰਕਰ ਲਈ ਕਦੀ ਪੈਸਾ ਨਹੀਂ ਖਰਚਿਆ। ਇਸ ਕਰਕੇ ਜਿਹੜਾ ਇਹ ਟਕਸਾਲੀ ਅਕਾਲੀ ਦਲ ਇਹਨਾਂ ਬਣਾਇਆ ਬਿਲਕੁਲ ਫਲੋਪ ਸ਼ੋਅ ਆ। ਇਹਨਾਂ ਦੀ ਇੱਕੋ ਇੱਕ ਮੰਗ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਲੜਾਈ ਇਹਨਾਂ ਦੀ ਇੱਕੋ ਹੀ ਹੈ। ਬ੍ਰਹਮਪੁਰਾ ਪਰਿਵਾਰ ਨੇ ਪਹਿਲਾਂ ਬੜੇ ਵੱਡੇ ਅਹੁਦੇ ਲਏ, ਸਾਰੀਆਂ ਰਿਸ਼ਤੇਦਾਰਾਂ ਨੂੰ ਚੇਅਰਮੈਨ ਬਣਾਇਆ ਅਤੇ ਉਹਨਾਂ ਚੇਅਰਮੈਨਾਂ ਦੇ ਮਿਲ ਤੋਂ ਬਾਅਦ ਇਹਨਾਂ ਦੀ ਭੁੱਖ ਇੰਨੀ ਜ਼ਿਆਦਾ ਵੱਧ ਗਈ ਵੀ ਇਹਨਾਂ ਦੇ ਮਨ 'ਚ ਅਜੇ ਵੀ ਹੁਣ ਇਹਨਾਂ ਦੇ ਮਨ 'ਚ ਇਹ ਗੱਲ ਆ ਗਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬ੍ਰਹਮਪੁਰਾ ਸਾਹਿਬ ਆਪ ਬਣਨਾ ਚਾਹੁੰਦੇ।